खाती है पास माँ तो माँ की तीन पूरी रस मोद बंद करो साड़ी माइनिंग बंद करो घर बिच पाया हार तेना पिटे पूरा संजार जोत में जोत में घर बिच पाया संगली तेना पिटे की मंडली जोत में जिन्ने भी केजरीवाल ने झाड़ू कट्ठे किए ने वो जड़े टुटे हुए है सारे झाड़ू जड़े है वो पैने चाहिए अद्धे केजरीवाल का अद्धे पैने चाहिए भगवंत मान का बाकी जड़े झाड़ू जड़ा हरजोत बैंस है इनू जुत्तियां दी माला पवाके इतों कदे इधर साढ़े इलाके च आ जाता इनू माला पूरी पवाके इतों भेजांगे जुत्तियां दी झाड़ू जड़े ये मुक गए हूँ सानू तो झाड़ू ने मार लिया साढ़े पिंड दे विच झाड़ू मारता है नहीं कोई कसर नहीं छड़ी झाड़ू की हूँ इन्हों जुत्तियां दी माला ये झाड़ू टुटे भजे जड़े केजरीवाल नू पाओ असी तो छेत्र मारेंगे वह सीधी गल है इत्थे मंत्री आऊँ किदा किहड़े मूंह नाल आऊँगा वो साढ़े साड़ी तो खा लिया सानू उन्हें सानू पीने योग पानी नहीं छड़िया अपने जेड़े आप जेड़े रखे हुए तो अपने चेले उन्होंने नहीं पुछता सानू कौन पुछूगा वो तो है नहीं किसी काम का बंदा नहीं खबर किधरों बार तो भैन चो लुधियाने ਰਣਾ ਪਿਛਾ ਕਰਤਾ ਹਰਜੋਤ ਬੈਂਸ ਮੋਹਰਾ ਲੈਂਦਾ ਸੀ ਕਦੇ ਲੈਂਦਾ ਸਾਡੇ ਹੁਣ ਜੁੱਤੀਆਂ ਮਾਰਦਾ ਹਰਜੋਤ ਬੈਂਸ ਅਸੀਂ ਪਿੰਡਾਂ ਦੀਆਂ ਮਿੰਤਾਂ ਕੀਤੀਆਂ ਸਾਰਿਆਂ ਦੀਆਂ ਤੇ ਵੀਰੇ ਵੋਟਾਂ ਪਾ ਦਿਓ ਹੱਥ ਜੋੜ ਕੇ ਬੇਨਤੀ ਹੈ ਵੋਟਾਂ ਪਾ ਦਿਓ ਮੈਂ ਗੱਡੀਆਂ ਮੇ ਕੋ ਪਿਕਅਪ ਮੈਂ ਗੱਡੀ ਬੰਦ ਕਰ ਹੋਗੀ ਵੀ ਮੈਂ ਜਰ ਬੰਦ ਕਹਦੇ ਤੇ ਹਰਜੋਤ ਬੈਂਸ ਨੂੰ ਵੋਟਾਂ ਪਾਈਏ ਮੈਂ ਨਹੀਂ ਤੇਰੀ ਗੱਡੀ ਲੈਣੀ ਮੈਂ ਗੱਡੀ ਲੈਣੀ ਤੇਰੀ ਤੇ ਹਰਜੋਤ ਨੇ ਵੋਟ ਮੈਂ ਕਿਹਾ ਵੀਰੇ ਗਲਤੀ ਹੋ ਗਈ ਗੱਲ ਤੇ ਪੁੱਛ ਲੈ ਮੈਂ ਜਿਹੜੀ ਗੱਲ ਹੈ ਪਰ ਬਿਲਕੁਲ ਹਰਜੋਤ ਬੈਂਸ ਐਸ ਵੇਲੇ ਜੁੱਤੀਆਂ ਲੈ ਗਏ ਤੋਲੇ ਕਰਾਏ ਤੋਲੇ ਕਰਾਏ ਪਹਿ ਮੈਂ ਗਰੀਬ ਬੰਦਾ ਹੈ ਚਾਹ ਪਲਾਈ ਸਭ ਕੰਮ ਕਿਹਦਾ ਗਰੀਬ ਬੰਦਾ ਹਜੇ ਪੈਸੇ ਦੇਣੇ ਨੰਦੇ ਦੇ ਆ ਦੁਕਾਨ ਹੈ ਇੱਥੇ ਨੰਦੇ ਦੀ ਉਹਦੇ ਪੈਸੇ ਦੇਣੇ ਮੈਂ 700 ਰੁਪਇਆ ਆ ਲੱਜਾ ਦੇ ਕੇ ਲਿਖੇ ਰਹਿ ਮੇਰੀ ਕਾਨੂੰ 700 ਲੱਖ ਇੱਥੇ ਉਹ ਮੈਂ ਕਿਹਾ ਵੀਰਾ ਦੇਣਾ ਤੈਨੂੰ ਦੇਣਾ ਆ ਕੁਰਸੀ ਵਾਲਾ ਉਹ ਨਹੀਂ ਆ ਟੈਂਟ ਪਿੱਛੇ ਬੈਠਾ ਸੀ ਤਾਂ ਲੱਡੂਆਂ ਤੋੜ ਨਹੀਂ ਨਹੀਂ ਇੱਕ ਮਿੰਟ ਦੀ ਖਬਰ ਦੇ ਦਿਓ ਬਾਕੀ ਆ ਟੈਂਟੜਾ ਟੈਂਟੜਾ ਅਸੀਂ ਜੀ ਨਾ ਬੇਲੇ ਕੁਰਸੀਆਂ ਭਜਾ ਮੇਰੇ ਕੋ ਪੀਕਅਪ ਗੱਡੀ ਦੀ ਚੀਨਾ ਬੇਲੇ ਦੇ ਕੁਰਸੀਆਂ ਭਜਾਈਆਂ ਪਰ ਹਰਜੋਤ ਬੈਂਸ ਨੇ ਸੋਚ ਕਿੰਨਾ ਨਾ ਫੌਰਮ ਹੀ ਚੱਕਦਾ ਪੋਲਾ ਪੋਲਾ ਕਰਾ ਮਿੱਤਰ ਪੋਲਾ ਮਿੱਤਰ ਦਾ ਯਾਰ ਦੋਸਤ ਪੂਰਾ ਪੋਲਾ ਪੋਲਾ ਕਰਾ ਚਰਨ ਕੋਈ ਗੱਲ ਨਹੀਂ ਮੇਰੇ ਵਾਸ ਸੁਣ ਲੈ ਮੈਨਿੰਗ ਬੰਦ ਕਰਾਣੀ ਅਸੀਂ ਮੇਰੀ ਪਹਿਲੇ ਗੱਲ ਸੁਣੋਗੇ ਵੋਟਾਂ ਤਾਂ ਪਾਈਆਂ ਨੂੰ ਪਰਮਿੰਦਰ ਹੈ ਇੱਥੇ ਦੇ ਬੇਲੇ ਦੇ ਕਹਿੰਦਾ ਮੇਰੀ ਨਾ ਭਾਬੀ ਦਾ ਇਹ ਰਿਸ਼ਤੇਦਾਰ ਹੈ ਭਾਬੀ ਰਿਸ਼ਤੇ ਵੋਟਾਂ ਪਾਓ ਲਾਜ਼ਮੀ ਮਿੱਤਰ ਹੈ ਮੇਰੇ ਲਾਜ਼ਮੀ
ਮੈਂ ਪਾਣੀ ਲਾਜ਼ਮੀ ਹੱਥ ਚੋੜ ਕੇ ਬੇਨਤੀ ਬੋਰਡ ਵੀ ਪਾਣੀ ਨੋਟ ਵੀ ਦੇਣੇ ਜਾਨੀ ਗੱਲ ਹੈ ਦਿੱਤੇ ਸਭ ਕੁਛ ਕੀਤਾ ਪਰ ਇਸ ਵੇਲੇ ਹਰਜੋਤ ਬੈਂਤ ਮੈਂ ਕਹਿੰਦਾ ਏਦਾਂ ਕੁੱਤਾ ਬੰਦਾ ਨਿਕਲਿਆ ਨਾ ਲੋੜ ਤੇ ਵਾਧੂ ਜਿੱਧਰ ਸਾਡੇ ਪਿੰਡ 'ਚ ਆ ਗਿਆ ਨਾ ਉਹ ਜੁੱਤੀਆਂ ਮਾਰੀਆਂ ਜੁੱਤੀਆਂ ਚਲ ਤੋਂ ਅੱਜ ਚੋਣ ਪ੍ਰਚਾਰ ਉੱਥੇ ਖਤਮ ਹੋਇਆ ਅਤੇ ਮੇਰੀ ਡਿਊਟੀ ਲਾਈ ਗਈ ਸੀ ਪਾਰਟੀ ਵੱਲੋਂ ਖਤਮ ਕਰਦੇ ਮੈਂ ਇੱਥੇ ਪਹੁੰਚਿਆ ਇਸ ਹਲਕੇ ਨੇ ਮੈਨੂੰ ਬੇਸ਼ੁਮਾਰ ਪਿਆਰ ਦਿੱਤਾ ਜੀ ਕੋਈ ਉਸਦੀ ਕੀਮਤ ਨਹੀਂ ਤੁਸੀਂ ਸਭ ਨੇ ਵਿਧਾਇਕ ਬਣਾ ਕੇ ਭੇਜਿਆ ਅਤੇ ਤੁਹਾਡੇ ਪਿਆਰ ਸਦਕਾ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਮੇਰੇ ਚਿੱਤ ਵਿੱਚ ਵੀ ਨਹੀਂ ਸੀ ਕਦੀ ਕਿ ਮੈਂ ਕਦੀ ਮਾਈਨਿੰਗ ਮੰਤਰੀ ਬਣ ਜਾਊਂਗਾ ਪਰ ਮੇਰੀ ਪਾਰਟੀ ਨੇ ਮੇਰੀ ਇਮਾਨਦਾਰੀ ਦੇਖਦੇ ਹੋਏ ਮੈਨੂੰ ਇਹ ਮਹਿਕਮਾ ਦਿੱਤਾ ਤੇ ਮੈਨੂੰ ਜਦੋਂ ਮਹਿਕਮਾ ਮਿਲਿਆ ਤੇ ਮੈਂ ਗੱਲਾਂ ਅੱਜ ਪੰਜਾਬ ਦੇ ਲਈ ਨਹੀਂ ਮੇਰੇ ਆਪਣੇ ਹਲਕੇ ਦੇ ਲਈ ਹੈ ਤੇ ਜੇ ਤੁਹਾਨੂੰ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਜੇ ਤੁਹਾਨੂੰ ਲੱਗਦਾ ਕਿ ਮੇਰੀ ਗੱਲਾਂ ਸੱਚੀਆਂ ਤੇ ਇਹਨੂੰ ਜ਼ਰੂਰ ਪਹੁੰਚਾਇਓ ਲੋਕਾਂ ਤੱਕ ਇਹ ਉਹ ਮਹਿਕਮਾ ਸੀਗਾ ਜਿੱਥੇ 100% ਲੁੱਟ ਕਸੁੱਟ ਜਿਹੜਾ ਮਰਜ਼ੀ ਜਿੱਤਿਆ ਹੋਵੇ ਮਹੀਨੇ ਲਏ ਜਾਂਦੇ ਸੀ ਤੇ ਵਿਦ ਡਿਊ ਰਿਗਾਰਡ ਮਾਫ਼ ਕਰਿਓ ਜੀ ਯਾਨੀ ਤੁਸੀਂ ਹੋ ਸਕਦਾ ਇਹਦਾ ਗੁੱਸਾ ਵੀ ਕਰੋ ਪਰ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕੁਛ ਪੱਤਰਕਾਰ ਵੀ ਇਨਵੋਲਵ ਸੀ ਸਰਪੰਚ ਵੀ ਇਨਵੋਲਵ ਸੀ ਪੁਲਿਸ ਵੀ ਇਨਵੋਲਵ ਸੀ ਹਾਰੇ MLA ਜਿੱਤੇ MLA ਮੰਤਰੀ ਸਪੀਕਰ ਮੁੱਖ ਸਾਰਾ ਯਾਨੀ ਧੁਰ ਤੋਂ ਲੈ ਕੇ ਉੱਥੋਂ ਤੱਕ ਇੱਦਾਂ ਦਾ ਮਹਿਕਮਾ ਮਿਲਿਆ ਸੀ ਮੈਂ ਉਦੋਂ ਦਾ ਕਿਹਾ ਸੀ ਕਿ ਮੇਰੀ ਕੋਸ਼ਿਸ਼ ਹੈ ਕਿ ਮਾਈਨਿੰਗ ਮਾਫੀਏ ਨੂੰ ਮਾਫੀਆ ਖਤਮ ਕਰਕੇ ਮਾਈਨਿੰਗ ਇੰਡਸਟਰੀ ਕਰ ਦਵਾਂ ਜੀ ਜਾਨ ਮਿਹਨਤ ਕੀਤੀ ਜੀ ਜਿਹੜੇ ਬੰਦੇ ਮਾਈਨਿੰਗ ਅਫਸਰ ਕਰਪਟ ਸੀਗੇ ਚਾਹੇ ਰੋਪੜ ਵਾਲਾ ਪਠਾਨਕੋਟ ਕਿਉਂਕਿ ਮਾਈਨਿੰਗ ਦੇ ਦੋ ਹੀ ਹੱਬ ਨੇ ਰੋਪੜ ਤੇ ਦੂਜਾ ਪਠਾਨਕੋਟ ਦੋਨੋਂ ਸਸਪੈਂਡ ਕਰਤੇ ਪੰਜਾਬ ਦਾ ਸਭ ਤੋਂ ਇਮਾਨਦਾਰ IAS ਅਫਸਰ ਜਿਸ ਨਾਲ ਕੋਈ ਅੱਜ ਦੇ ਇਤਿਹਾਸ ਤੱਕ ਕੋਈ ਮੰਤਰੀ ਉਹਦੇ ਨਾਲ ਕੰਮ ਨਹੀਂ ਕਰਨਾ ਚਾਹੁੰਦਾ ਮੈਂ ਉਹਨਾਂ ਨੂੰ ਮੰਗ ਕੇ ਲੈ ਕੇ ਆਇਆ ਆਪਣੇ ਮੁੱਖ ਮੰਤਰੀ ਤੋਂ ਕ੍ਰਿਸ਼ਨ ਕੁਮਾਰ ਜੀ ਉਹ ਲੈ ਕੇ ਆਇਆ ਜੇ ਨੀਅਤ ਸਾਫ਼ ਸੀ ਤਾਂ ਲੈ ਕੇ ਆਇਆ ਅਸੀਂ ਦਿਨ ਰਾਤ ਮਿਹਨਤ ਕਰਕੇ ਅੱਜ ਤੱਕ ਕ੍ਰੈਸ਼ਰ ਵਾਲੇ ਵੀ ਪਰੇਸ਼ਾਨ ਸੀ ਹਰ ਬੰਦਾ ਉਹਨਾਂ ਨੂੰ ਤੰਗ ਕਰਦੇ ਕ੍ਰੈਸ਼ਰ ਪਾਲਿਸੀ ਬਣਾਤੀ ਜੀ ਪਹਿਲਾਂ ਕ੍ਰੈਸ਼ਰ ਵਾਲੇ ਨੂੰ 10,000 ਰੁਪਏ ਦੇਣਾ ਪੈਂਦਾ ਸੀ ਹੁਣ ਕ੍ਰੈਸ਼ਰ ਦੀ ਰਜਿਸਟ੍ਰੇਸ਼ਨ ਲਈ 1,00,000 ਰੁਪਇਆ ਲੱਗਦਾ ਹਰ ਕ੍ਰੈਸ਼ਰ ਵਾਲੇ ਤੋਂ 5,00,000 ਸਕਿਉਰਿਟੀ ਲੈਤੀ ਤਾਂ ਹੀ ਅੱਗੇ ਤਾਂ ਕ੍ਰੈਸ਼ਰ ਵਾਲੇ ਮੌਜਾਂ ਕਰਦੇ ਸੀ ਹੁਣ ਪਹਿਲੀ ਵਾਰੀ ਹੋਇਆ ਹੋਊਗਾ ਕਿ ਅਨੰਦਪੁਰ ਸਾਹਿਬ ਦੇ MLA ਦੇ ਨੂੰ ਧਮਕੀ ਮਿਲੀ ਕਿ ਕ੍ਰੈਸ਼ਰ ਵਾਲੇ ਉਹਦੇ ਘਰ ਦੇ ਬਾਹਰ ਆ ਕੇ ਧਰਨਾ ਲਾਣਗੇ ਕਦੀ ਸੁਣਿਆ ਸੀ 5,00,000 ਉਹਨਾਂ ਤੇ ਸਕਿਉਰਿਟੀ ਲੈ ਲਈ ਤਾਂ ਕਿ ਜੇ ਕੋਈ ਵੀ ਗਲਤ ਕਰੂਗਾ ਸਕਿਉਰਿਟੀ ਜ਼ਬਤ ਕਰ ਦੂੰਗਾ ਉਹਨਾਂ ਦੇ ਮੀਟਰਾਂ ਦੇ ਨਾਲ ਉਹਨਾਂ ਦੀ ਰਿਟਰਨ ਜੋੜਤੀ ਜਿੰਨੀ ਬਿਜਲੀ ਫੂਕਣਗੇ ਉੱਥੋਂ ਪਤਾ ਲੱਗ ਜਾਊਗਾ ਉਹਨਾਂ ਉਹਨਾਂ ਨੂੰ ਰੈਵੀਨਿਊ ਲੈਣਾ ਪੈਣਾ 1 ਰੁਪਇਆ ਕਿਊਬਿਕ ਫੁੱਟ ਹਰ ਕ੍ਰੈਸ਼ਰ ਦੇ ਉੱਤੇ ਵਾਤਾਵਰਨ ਟੈਕਸ ਲਾਤਾ ਤਾਂ ਕਿ ਜਿਹੜਾ ਵਾਤਾਵਰਨ ਨੂੰ ਨੁਕਸਾਨ ਹੋਵੇ 1 ਰੁਪਏ ਕਿਊਬਿਕ ਫਿੱਟ ਨਾਲ ਹੋ ਜਾਵੇ ਵਾਅਦਾ ਕੀਤਾ ਸੀਗਾ ਦੇਸ਼ ਦੀ ਬੈਸਟ ਪਾਲਿਸੀ ਬਣਾਤੀ ਪਿਛਲੇ 10 ਦਿਨਾਂ ਦੇ ਵਿੱਚ 1 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ ਪੰਜਾਬ ਸਰਕਾਰ ਨੂੰ 22 ਕਰੋੜ ਰੁਪਇਆ ਹੋਇਆ 22 ਕਰੋੜ ਰੁਪਇਆ 2.5 ਕਰੋੜ ਰੁਪਏ ਡੇਲੀ ਆ ਰਿਹਾ ਜੀ ਇਸ ਅੰਕੜੇ ਨਾਲ ਅਸੀਂ ਦੇਸ਼ ਦੀ ਨੰਬਰ 1 ਸਟੇਟ ਬਣਾਂਗੇ ਰੈਵੀਨਿਊ ਦੇ ਨਾਲ ਅਗਰ ਇਸ ਅੰਕੜੇ ਨਾਲ ਤੇਲੰਗਾਨਾ ਦੀ ਮਿਸਾਲ ਦਿੰਦੇ ਸੀ ਪਹਿਲਾਂ ਕਈ ਕਾਂਗਰਸੀ ਲੀਡਰ ਤੇਲੰਗਾਨਾ ਤੋਂ ਵੱਧ ਰੈਵੀਨਿਊ ਅੱਜ ਇੱਕ ਸਾਈਟ ਅੱਗੇ ਇਸ ਹਲਕੇ ਦੇ ਵਿੱਚ ਲੀਡਰਾਂ ਦੀ ਜਵਾਈ ਦੀ ਸਾਈਟ ਚੱਲਦੀ ਰਹੀ ਕਿਸੇ ਨੇ ਕਦੀ ਕੋਈ ਧਰਨਾ ਨਹੀਂ ਦਿੱਤਾ ਲੁੱਟ ਕੇ ਖਾ ਗਏ 100-100 ਫੁੱਟ ਥੱਲੇ ਤੱਕ ਜਾ ਕੇ ਮਾਈਨਿੰਗ ਹੁੰਦੀ ਸੀ ਕੋਈ ਨਹੀਂ ਬੋਲਿਆ ਅੱਜ ਜਦੋਂ ਲੀਗਲ ਮਾਈਨਿੰਗ ਹੋ ਰਹੀ ਜਦੋਂ ਕਿਸੇ ਕੋਈ ਠੇਕੇਦਾਰ ਨਹੀਂ ਮਾਈਨਿੰਗ ਕਰ ਰਿਹਾ ਪੰਜਾਬ ਸਰਕਾਰ ਮਾਈਨਿੰਗ ਕਰ ਰਹੀ ਹੈ ਪਰ ਤਾਂ ਹੀ ਨੰਬਰ 1 ਤੇ ਆਇਆ ਪੂਰੇ ਦੇਸ਼ ਦੇ ਵਿੱਚ ਜਦੋਂ ਲੀਗਲ ਮਾਈਨਿੰਗ ਹੋ ਰਹੀ ਤਾਂ ਤਕਲੀਫ ਹੋ ਗਈ ਆਹ ਡਾਟਾ ਹੈ ਜੀ ਆਹ 2021 ਚ ਇਹ ਪਲਾਨ ਦੀ ਪੰਚਾਇਤ ਹੈ ਜਿਹੜੀ ਕਹਿੰਦੀ ਕਿ ਸਾਡੇ ਇੱਥੇ ਦੀ ਡੀਸਿਲਟਿੰਗ ਕਰੋ ਕਿਉਂ ਉਦੋਂ ਇਹਨਾਂ ਲੋਕਾਂ ਨੂੰ ਪੈਸੇ ਮਿਲਦੇ ਸੀ ਉਦੋਂ ਇਹਨਾਂ ਨੂੰ ਬਲੈਕਮੇਲਰਾਂ ਨੂੰ ਪੈਸੇ ਮਿਲਦੇ ਸੀ ਅੱਜ ਤਕਲੀਫ ਇਹ ਹੈ ਕਿ ਹਰਜੋਤ ਬੈਂਸ ਨਾ ਖਾਂਦਾ ਨਾ ਕਿਸੇ ਨੂੰ ਖਾਣ ਦਊਗਾ ਤਕਲੀਫ ਇਹ ਹੈ ਤੁਸੀਂ ਸਾਰੇ ਲੋਕਲ ਹੋ ਜੀ ਪੁੱਛ ਕੇ ਦੇਖ ਲਓ ਕਿਸੇ ਕ੍ਰੈਸ਼ਰ ਵਾਲੇ ਨੂੰ ਜੇ ਕਿਸੇ ਨੇ ਚਾਹ ਵੀ ਪੀਤੀ ਹੋਵੇ ਪੁੱਛ ਕੇ ਪਹਿਲਾਂ ਵੀ ਹੈ ਪੁੱਛ ਕੇ ਦੇਖ ਲਓ ਜਿੱਥੇ ਕਹੋਗੇ ਜਾਣ ਨੂੰ ਤਿਆਰ ਹੈ ਜਿਹੜਾ ਮਰਜ਼ੀ ਟੈਸਟ ਕਰਾ ਲਓ ਲਾਈ ਡਿਟੈਕਟਰ ਕਰਾਓ ਜਿੱਥੇ ਮਰਜ਼ੀ ਗੁਰੂ ਘਰ ਲੈ ਜਾਓ ਮੰਦਿਰ ਲੈ ਜਾਓ ਪਰ ਇਮਾਨਦਾਰੀ ਨਾਲ ਕੰਮ ਤਾਂ ਕਰਨ ਦੋ ਇੱਕ ਬੱਚੀ ਦਾ ਮੈਨੂੰ ਫੋਨ ਆਇਆ ਜੀ ਮੇਰਾ ਸੁਣ ਕੇ ਮੇਰੇ ਅੱਖਾਂ 'ਚੋਂ ਹੰਝੂ ਆ ਗਏ ਬੱਚੀ ਕਹਿੰਦੀ ਜੀ 6 ਦਿਨ ਹੋ ਗਏ ਮੇਰਾ ਪਿਓ ਮਿਸਤਰੀ ਆ ਜੀ ਉਹਨੂੰ ਦਿਹਾੜੀ ਨਹੀਂ ਮਿਲੀ ਜੀ ਜੇ 3-4 ਦਿਨ ਦਿਹਾੜੀ ਹੋਰ ਨਹੀਂ ਮਿਲੀ ਤਾਂ ਸਾਡੇ ਘਰ ਰੋਟੀ ਨਹੀਂ ਪੱਕੂਗੀ ਮੈਂ ਕਿਹਾ ਬੇਟਾ ਕੀ ਕਹਿੰਦੀ ਜੀ ਉਹਨੂੰ ਇਸ ਕਰਕੇ ਦਿਹਾੜੀ ਨਹੀਂ ਕਿ ਜੀ ਰੇਟਾ ਬਜਰੀ ਹੈ ਨਹੀਂ ਸਾਡੇ ਇਲਾਕੇ ਦਾ ਹੀ ਸਾਡੇ ਕੋਈ ਇੰਡਸਟਰੀ ਤਾਂ ਹੈ ਨਹੀਂ ਇੱਕੋ ਇੰਡਸਟਰੀ ਬਣਾਉਣ ਲੱਗਾ ਸੀ ਕ੍ਰੈਸ਼ਰ ਇੰਡਸਟਰੀ ਇੱਥੇ ਬਣਾਉਣ ਲੱਗਾ ਸੀ ਲੋਕਾਂ ਨੂੰ ਰੋਜ਼ਗਾਰ ਮਿਲੇ ਸਾਡੇ ਇਲਾਕੇ ਦਾ ਨੌਜਵਾਨ ਮੁੰਡਾ ਮੈਨੂੰ ਮਿਲਿਆ ਕਹਿੰਦਾ ਵੀਰਾ ਮੈਂ ਦੁਬਈ ਤੋਂ ਆਇਆ ਮੈਂ ਕਿਹਾ ਘਰੇ ਰਵਾਂਗੇ ਪਿੰਡ ਰਵਾਂਗੇ ਮੈਂ ਟਿੱਪਰ ਲੈ ਲਿਆ ਕਹਿੰਦਾ ਕਿੱਥੋਂ ਭਰਾਂ ਕਿਸ਼ਤਾਂ
ਉਹ ਵੀ ਸਾਡੇ ਹਲਕੇ ਦੇ ਲੋਕ ਹੈ। ਇੱਕ ਨੰਬਰ 'ਚ ਲੀਗਲ ਮਾਈਨਿੰਗ ਹੋ ਰਹੀ, ਇਹਦਾ ਅੰਕੜਾ ਭਲਾਨ ਦੇ ਵਿੱਚ ਪਿਛਲੇ 10 ਦਿਨਾਂ ਦੇ ਵਿੱਚ 11,35,764 ਫੁੱਟ 11,35,764 ਕਿਊਬਿਕ ਫਿੱਟ ਮਾਈਨਿੰਗ ਹੋਈ ਹੈ, ਜਿਹਦੇ ਵਿੱਚੋਂ ਪੰਜਾਬ ਸਰਕਾਰ ਨੂੰ ਕਰੀਬਨ 1 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਤੇ ਪੰਚਾਇਤ ਦੇ ਖਾਤੇ ਦਾ ਜਿਹੜਾ 22,00,571 ਰੁਪਇਆ ਪਿਆ। ਇਸੇ ਪਿੰਡ ਦੀ ਚਿਰਾਗ ਨੂੰ ਲੁੱਟ ਕੇ ਖਾ ਕੇ ਕਦੀ ਪਿੰਡ ਨੂੰ 1 ਰੁਪਇਆ ਮਿਲਿਆ ਹੋਵੇ, ਤੇ 1 ਮਹੀਨਾ ਹੋਰ ਚੱਲਣੀ ਸੀ ਮਾਈਨਿੰਗ। ਈਸੀ ਦੀ ਸਾਈਟ ਹੈ, ਈਸੀ ਅਪਰੂਵਲ ਹੈ, ਸੀਆ ਤੋਂ ਲਿਆ ਹੋਇਆ ਸਭ ਕੁਛ। 1 ਮਹੀਨੇ ਦੇ ਵਿੱਚ ਇੱਥੇ ਕੁਆਂਟਿਟੀ ਪੂਰੀ ਹੋ ਜਾਣੀ ਸੀ, ਜਦੋਂ ਕੁਆਂਟਿਟੀ ਪੂਰੀ ਹੋ ਜਾਣੀ ਸੀ ਮਾਈਨਿੰਗ ਬੰਦ ਹੋ ਜਾਣੀ ਸੀ। ਜੇ ਅਗਰ ਉਹ ਪੂਰੀ ਕੁਆਂਟਿਟੀ ਹੁੰਦੀ ਤਾਂ ਪਹਿਲੀ ਹੀ ਵਾਰੀ ਪਿੰਡ ਨੂੰ 1 ਕਰੋੜ ਰੁਪਏ ਤੋਂ ਵੱਧ ਮਿਲਣਾ ਸੀ। ਸਾਰਾ ਪਿੰਡ ਫੈਸਲਾ ਕਰਦਾ, ਜੇ ਪਿੰਡ ਫੈਸਲਾ ਕਰਦਾ ਜੀ ਹਸਪਤਾਲ ਤੇ ਲਾ ਦਿਓ, ਹਸਪਤਾਲ ਤੇ ਲਾ ਦੇਣਾ ਸੀ। ਪਿੰਡ ਫੈਸਲਾ ਕਰਦਾ ਜੀ ਸਕੂਲ ਤੇ ਲਾ ਦਿਓ, ਸਕੂਲ ਤੇ ਲਾ ਦੇਣਾ ਸੀ। ਪਿੰਡ ਫੈਸਲਾ ਕਰਦਾ ਨਹੀਂ ਜੀ ਗਰੀਬ ਪਿੰਡ ਆ, ਸਾਰੇ ਪਿੰਡ ਚ ਵੱਸ ਦਿਓ। 1-1 ਘਰ ਨੂੰ 25-25-30-30 ਹਜ਼ਾਰ ਰੁਪਇਆ ਆਉਣਾ ਸੀ। ਅੱਜ ਵੀ 22 ਲੱਖ ਰੁਪਇਆ ਹੈਗਾ ਉਹਨਾਂ ਦਾ ਡਿਊ ਹੈ ਪਿੰਡ ਦਾ, ਉਹ ਦੇਖ ਲੈਣ ਕਿਵੇਂ ਵੰਡਣਾ। ਇਸ ਤੋਂ ਇਲਾਵਾ ਵਾਤਾਵਰਨ ਫੰਡ ਚੋਂ ਅਸੀਂ ਸਕੂਲ ਠੀਕ ਕਰਾਉਣਾ ਸੀ, ਸੜਕਾਂ ਠੀਕ ਕਰਾਉਣੀਆਂ ਸੀ, ਕਲੱਬ ਨੂੰ ਪੈਸੇ ਦੇਣੇ ਸੀ ਜੋ ਮੈਂ ਵਾਅਦਾ ਕੀਤਾ ਸੀ, ਪਰ ਨਹੀਂ ਜੀ ਉਹ ਲੋਕ ਗੁੰਮਰਾਹ ਕਰਦੇ ਨੇ। ਮੇਰੀ ਅੱਜ ਵੀ ਬੇਨਤੀ ਹੈ ਕਿ ਗ੍ਰਾਮ ਸਭਾ ਬੁਲਾਓ ਆਪਣੇ ਪਿੰਡ ਦੀ, ਆ ਸਿਰਫ ਜਿਹੜੇ 2-4 ਮੋਹਰੇ ਲੱਗੇ ਇਹਨਾਂ ਤੇ ਨਾ, ਤੁਸੀਂ ਗ੍ਰਾਮ ਸਭਾ ਬੁਲਾਓ, ਗ੍ਰਾਮ ਸਭਾ ਦੇ ਵਿੱਚ ਲਿਖ ਕੇ ਦੇ ਦੇਵੇ ਸਾਰਾ ਪਿੰਡ ਜੀ ਸਾਨੂੰ ਮਾਈਨਿੰਗ ਨਹੀਂ ਕਰਨੀ, ਮੇਰੀ ਜ਼ਿੰਮੇਵਾਰੀ, ਮੈਂ ਮਾਈਨਿੰਗ ਨਹੀਂ ਹੋਣ ਦੂੰ, ਮੇਰਾ ਲੱਕ ਹੈ। ਪਰ ਗ੍ਰਾਮ ਸਭਾ ਬੁਲਾਵੇ, ਪਰ ਫਿਰ ਹਾਂ ਨਾਲ ਇਹ ਵੀ ਲਿਖ ਲਿਓ, ਇਹ ਵੀ ਲਿਖ ਲਿਓ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਮਿਸਤਰੀ ਨਹੀਂ ਰਹਿੰਦਾ, ਸਾਡੇ ਪਿੰਡ 'ਚ ਕੋਈ ਮਜ਼ਦੂਰ